ਵਾਰ ਖਾਕੀ ਫਿਰ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਘਿਰੀ ਹੋਈ ਹੈ। ਖਬਰ ਜਲੰਧਰ ਤੋਂ ਹੈ ਜਿੱਥੋਂ ਪੁਲਿਸ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ। ਸ਼ਰੇਆਮ ਸੜਕ ਤੇ ਘੇਰ ਕੇ ਥੱਪੜ ਮਾਰੇ ਗਏ ਨੇ। ਭੋਗਪੁਰ ਥਾਣੇ ਦੇ ਵਿੱਚ ਤੈਨਾਤ ASI ਤੇ ਇਲਜ਼ਾਮ ਲੱਗੇ ਨੇ। ਬੇਰਹਿਮੀ ਦੇ ਨਾਲ ਕੁੱਟਮਾਰ ਦਾ ਜੋ ਵੀਡੀਓ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਸੋ ਤਸਵੀਰਾਂ ਵੇਖੋ ਤੁਸੀਂ, ਇੱਕ ਪੁਲਿਸ ਮੁਲਾਜ਼ਮ ਹੈ, ਵਰਦੀ ਪਾਈ ਹੋਈ ਹੈ ਤੇ ਨੌਜਵਾਨ ਦੀ ਸ਼ਰੇਆਮ ਕੁੱਟਮਾਰ ਕੀਤੀ ਜਾ ਰਹੀ ਹੈ। ਇੱਕ ਨਹੀਂ ਬਲਕਿ ਕਈ ਥੱਪੜ ਨੌਜਵਾਨ ਨੂੰ ਮਾਰੇ ਗਏ ਨੇ ਤਾਂ ਦੂਜੇ ਨੌਜਵਾਨ ਨੂੰ ਲੱਤਾਂ ਦੇ ਨਾਲ ਕੁੱਟਿਆ ਜਾ ਰਿਹਾ ਹੈ। ਸੋ ਇਹ ਪੁਲਿਸ ਦੀ ਤਾਨਾਸ਼ਾਹੀ, ਪੁਲਿਸ ਦੀ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ। ਭੋਗਪੁਰ ਥਾਣੇ ਦੇ ਵਿੱਚ ਤੈਨਾਤ ASI ਤੇ ਕੁੱਟਮਾਰ ਦੇ ਇਲਜ਼ਾਮ ਲੱਗੇ ਨੇ। ਸੋ ਸੜਕ ਤੇ ਘੇਰ ਕੇ ਇਹਨਾਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਕਿਹੜੀ ਗੱਲੋਂ ਮਸਲਾ ਵਧਿਆ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੋਏਗਾ, ਪਰ ਬੁਰੀ ਤਰ੍ਹਾਂ ਕੁੱਟਮਾਰ ਇਹਨਾਂ ਨੌਜਵਾਨਾਂ ਦੀ ਇਸ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਤਸਵੀਰਾਂ ਆਪ ਮੁਹਾਰੇ ਬਹੁਤ ਕੁਝ ਬਿਆਨ ਕਰ ਰਹੀਆਂ ਨੇ। ਜਾਣਕਾਰੀ ਦੇਣਗੇ ਪ੍ਰਭਮਿਤ ਇਸੇ ਖਬਰ ਤੇ। ਪ੍ਰਭਮਿਤ, ਕੀ ਕੁਝ ਅਪਡੇਟ ਹੈ ਇਸ ਪੂਰੇ ਖਬਰ ਤੇ? ਦੇਖੋ ਰੁਚੀ, ਜਿਸ ਤਰੀਕੇ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਿਹਾ ਸੀਗਾ ਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਪੱਤਰ ਸਾਹਮਣੇ ਆਇਆ, ਉਹ ਆਇਆ ਰਾਜੀਨਾਮੇ ਦਾ। ਹਾਲਾਂਕਿ ਅਜੇ ਕੁਮਾਰ ਹੋਰਾਂ ਨੇ ਲਿਖਤੀ ਇੱਕ ਅਖਬਾਰ ਨੂੰ ਵੀ ਬਿਆਨ ਦਿੱਤਾ ਤੇ ਨਾਲ ਉਹ ਗੱਲ ਇਹ ਆਖ ਰਹੇ ਨੇ ਕਿ ਸਾਡੇ ਵੱਲੋਂ ਕਿਸੇ ਤਰੀਕੇ ਦਾ ਕੋਈ ਰਾਜੀਨਾਮੇ ਵਾਲੀ ਗੱਲ ਨਹੀਂ ਹੋਈ, ਜਦਕਿ ASI ਸਾਡੇ ਘਰ ਖੁਦ ਆਉਂਦੇ ਨੇ ਤੇ ਆਪ ਹੀ ਰਾਜੀਨਾਮਾ ਲਿਖ ਕੇ ਲੈ ਕੇ ਆਉਂਦੇ ਨੇ। ਜਦਕਿ ਉਹ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਅਸੀਂ ਨਾਕਾ ਤੋੜ ਕੇ ਭੱਜੇ ਸੀਗੇ, ਜਿੱਥੇ ਇੱਕ ਮਹਿਲਾ ਮੁਲਾਜ਼ਮ ਵੀ ਸੀ ਤੇ ਇੱਕ ਦੂਸਰਾ ਹੋਰ ਮੁਲਾਜ਼ਮ ਸੀ। ਪਰ ਜਿਸ ਤਰੀਕੇ ਦੇ ਨਾਲ ਵੀਡੀਓ 'ਚ ਦੇਖਿਆ ਜਾ ਰਿਹਾ ਵੈ ਕਿ ਪੰਜਾਬ ਪੁਲਿਸ ਦਾ ਇੱਕ ASI ਥੱਪੜ ਮਾਰ ਰਿਹਾ ਵੈ ਤਿੰਨ ਨੌਜਵਾਨਾਂ ਨੂੰ, ਆਪਣੇ ਆਪ ਦੇ ਵਿੱਚ ਜਿਹੜਾ ਖਾਕੀ ਦੇ ਉੱਤੇ ਜਿਹੜਾ ਕਿ ਸਵਾਲ ਚੁੱਕਣੇ ਲਾਜ਼ਮੀ ਨੇ। ਪੁਲਿਸ ਦਿਨ ਰਾਤ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਕਮਿਊਨੀਕੇਸ਼ਨ ਗੈਪ ਘਟੇ, ਪਰ ਜਿਸ ਤਰੀਕੇ ਦੀਆਂ ਇਹ ਵੀਡੀਓ ਜਨਤਕ ਹੋਈਆਂ ਨੇ, ਪੁਲਿਸ ਦਾ ਇੱਕ ਵੱਖਰਾ ਚਿਹਰਾ ਸਾਹਮਣੇ ਆਇਆ ਨੇ। ਹਾਲਾਂਕਿ SSP ਜਲੰਧਰ ਵੱਲੋਂ ਜਿਹੜਾ ਕਿ ਇਸ ਮਾਮਲੇ ਦੀ ਜਾਂਚ ਕਰਨ ਵਾਸਤੇ ACP ਨੂੰ ਤੈਨਾਤ ਕੀਤਾ ਗਿਆ ਵੈ, ਦੇਖਣਾ ਹੋਏਗਾ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕਿਸ ਤਰੀਕੇ ਦਾ ਕੀ ਮੋੜ ਆਉਂਦਾ। ਠੀਕ ਹੈ, ਸ਼ੁਕਰੀਆ ਜਾਣਕਾਰੀ ਦੇਣ ਦੇ ਲਈ। ਸੋ ASI ਨੂੰ DSP ਦੇ ਵੱਲੋਂ ਲਾਈਨ ਹਾਜ਼ਰ ਕੀਤਾ ਗਿਆ ਹੈ ਤਾਂ ਇੱਕ ਰਾਜ਼ੀਨਾਮੇ ਦੇ ਆ ਮੋੜ ਵੀ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਇਆ। ਜਾਂਚ ਪੜਤਾਲ ਚੱਲ ਰਹੀ ਹੈ, ਜਾਂਚ ਦੌਰਾਨ ਕੀ ਕੁਝ ਪੂਰਾ ਮਾਮਲਾ ਸਾਹਮਣੇ ਆਏਗਾ ਇਹ ਵੇਖਣਾ ਹੋਏਗਾ।